आकाशवाणी जम्मू है बड्डल खबरें च तुका स्वागत पहले मुख्य मुख खबरें में शिवी सूरी ਉਪਰਾਜਪਾਲ ਹੋ ਰਹੇ ਆਖਿਆ ਜੇ ਅੰਮ੍ਰਿਤਕਾਲ ਖੰਡ ਸਹੀ ਸਮੇ ਹੈ ਜਪਾਰਤ ਦੀ ਸ਼ਕਤੀਸ਼ਾਲੀ ਤੇ ਆਤਮ ਨਿਰਭਰ ਬਣਾਉਣ ਲਈ ਮੁਲਖ ਦੇ ਸਾਂਸਕ੍ਰਿਤਿਕ ਤੇ ਸਮਾਜੀ ਇਕਤਾਗੀ ਮਜ਼ਬੂਤ ਕਰਨਾ ਹੋਗ ਰਾਸ਼ਟਰਪਤੀ ਦ੍ਰੋਪਦੀ ਮੁਰਮੂਰ ਅੱਜ ਨਵੀਂ ਦਿੱਲੀ ਚ ਜੇਤੂਏਗੀ ਡਿਜੀਟਲ ਇੰਡੀਆ ਸਨਮਾਨ ਬੀਸੋਬਾਈ ਪ੍ਰਦਾਨ ਕਰਗਨ ਕੇਂਦਰ ਨੇ ਗੈਰਕਾਨੂੰਨੀ ਗਤੀਵਿਧੀਆਂ ਦੀ ਰੋਕ-थाम ਸਰਬੰਧੀ ਕਾਨੂੰਨ ਤਹਿਤ ਜੰਮ ਕਸ਼ਮੀਰ ਆਧਾਰਿਤ ਪੀਏਐਫਐਫ ਤੇ ਇਹਦੇ ਸਬਨੇ ਚਾਲੀ ਦੇ ਸਵਰੂਪੇ ਤੇ ਅਗਵਾ ਸੰਗਠਨੇਗੀ ਅਤੰਕਵਾਦੀ ਸੰਗਠਨ ਕੋਸ਼ਿਸ਼ ਕੀਤਾ ਹੈ ਤੇ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਹੋਰੇ ਆਖਿਆ ਜੇ ਭਾਰਤ ਚ ਸਬਨੇ 37 ਸੀਐਸਆਈਆਰ ਲੈਬਿੰਗ ਦੀ ਵਿਸ਼ਵਿਕ ਅਨੁਸੰਧਾਨ ਤੇ ਨਮੀਏ ਕਾਟੇਂਗੀ ਕੱਢਨੇ ਸਰਬੰਧੀ ਕੇਂਦਰ ਚ ਤਬਦੀਲ ਕੀਤਾ ਜਾਗ ਖਬਰਿੰਦੀ ਤਫਸੀਲ ਵਿਜੇ ਪਾਜਕ ਕੋਲੋਂ लेफ्टिनेंट गवर्नर मनोज सिन्हा उरे भारत दी आजादी ते 75 बरें पूरे होने ਦੇ ਸਿਲਸਿਲੇ ਚ ਸੰਗੀਤ ਨਾਟਕ ਅਕੈਡਮੀ ਪਾਸੇ ਆਯੋਜਿਤ ਸਾਂਸਕ੍ਰਿਤਿਕ ਉਤਸਵ ਅੰਮ੍ਰਿਤ ਯੁਵਾ ਕਲਾ ਉਤਸਵ ਦਾ ਉਦਘਾਟਨ ਕੀਤਾ ਇਹ ਕਲਾ ਉਤਸਵ ਮੁਲਕ ਪਰਥਮਾਇ ਦੇ ਯੁਵਾ ਕਲਾਕਾਰਾਂ ਗੀ ਭਾਰਤ ਦੀ ਸਮ੍ਰਿੱਧ ਕਲਾਾਂ ਤੇ ਪਰੰਪਰਾਾਂ ਗੀ ਪ੍ਰਦਰਸ਼ਿਤ ਕਰਨੇ ਦਾ ਮੌਕਾ ਦੇਗਾ ਇਸ ਮੌਕੇ ਬੋਲਦੀ ਹੋਈ ਸ਼੍ਰੀ ਸੈਨਾ ਉਹ ਰਹੀ ਆਖਿਆ ਜੇ ਅੰਮ੍ਰਿਤ ਕਾਲ ਲਲਾ ਸਮੇ ਇਹ ਕਿਹਦਾ ਮੌਕਾ ਹੈ ਜਿਸ ਲਿਆ ਸ ਆਪਣੀ ਦੇਸ਼ਾਂ ਦੀ ਸਾਂਸਕ੍ਰਿਤਿਕ ਤੇ ਸਮਾਜੀ ਇਕਤਾ ਦੀ ਤਗੜਾ ਬਣਾਈ ਹੈ ਭਾਰਤ ਕੀ ਇੱਕ ਸ਼ਕਤੀਸ਼ਾਲੀ ਤੇ ਆਤਮ ਨਿਰਭਰ ਰਾਸ਼ਟਰ ਦਾ ਸਰੂਪ ਦੇ ਸਕਨੇ ਹਨ ਉਹਨੀਆਂ ਆਖਿਆ ਜੇ ਇਹ ਲਕਸ਼ਾ ਹਸਲ ਕਰਨ ਦਾ ਜ਼ਿੰਮਾ ਨੌਜਵਾਨੀ ਉੱਪਰ ਹੈ ਉਹਨੇ ਵੀ ਆਖਿਆ ਜੇ ਪੂਰੀ ਦੁਨੀਆ ਚ ਸਾੜਾ ਭਾਰਤ ਕਾ ਇਕਲਾ ਐਸਾ ਰਾਸ਼ਟਰ ਹੈ ਜਿਨੇ ਵਿਗਿਆਨ ਕਲਾ ਤੇ ਅਧਿਆਤਮਿਕਤਾ ਵਿਚਕਾਰ ਬੜਾ ਸੰਤੁਲਿਤ ਮੌਲ ਕਾਇਮ ਕੀਤੇ ਹੈ लेफ्टिनेंट गवर्नर होने जे अगले पंजिए पंजीय सांस्कृतिक यात्रा भारत दी महिमा की आलमी सतह पर फी स्थापित करोग जे इस करे की पूरा करने च युवाओं दी ऊर्जा राष्ट्र दी एकता ते आत्म निर्भर समाज बड़ी महत्वपूर्ण भूमिका अदा अगन रजौरी स्पोर्ट्स सोसायटी दे एक सार्वजनिक डेलीगेशन ने अपने चेयरमैन शफकत मीर अगुवाई च कल राजभवन जम्मू च लेफ्टिनेंट गवर्नर मनोज सिन्हा हलाटी ਇਸ ਮੌਕੇ 'ਤੇ ਸਾਰਵਜਨਿਕ ਮਤਵ ਵਾਲੇ ਕਈ ਮਾਮਲੇ ਪੁੱਟੇ ਤੇ ਲੈਫਟੇਨੈਂਟ ਗਵਰਨਰ ਨੂੰ ਰਿੰਗੀ ਗੁਜ਼ਾਰਿਸ਼ ਕੀਤੀ ਜਿਉਂਦੇ ਇਲਾਕੇ 'ਚ ਖੇਡਾਂ ਸਰਬੰਧੀ ਵਿਸ਼ੇਸ਼ ਪਹਿਲ ਕਦਮੀਆਂ ਕੀ ਬੜਾ ਵਾਅਦਾ ਦਿੱਤਾ ਜਾ ਤਾਂਜੇ ਯੁਵਾਹਾਂ ਦੀ ਊਰਜਾ ਦਾ ਇਸਤੇਮਾਲ ਸਹੀ ਦਿਸ਼ਾ 'ਚ ਕੀਤਾ ਜਾ ਸਕਿਆ ਸੇਨਾਵਰੇ ਡੈਲੀਗੇਸ਼ਨ ਦੀਆਂ ਮੰਗਾਂ ਕੀ ਬੜਾ ਤਰੋਇ ਯਸੋਨੀਆਂ ਤੇ ਉੰਦੀਆਂ ਜਾਇਜ਼ ਮੰਗਾਂ ਕੀ ਪੂਰਾ ਕਰਨੇ ਲਈ ਸਰਬੰਧਤ ਅਧਿਕਾਰੀਆਂ ਕੀ ਨਿਰਦੇਸ਼ ਵੀ ਜਾਰੀ ਕਰੀ ਦਿੱਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਉਹ ਰਾਜਨਮੀ ਦਿੱਲੀ 'ਚ ਜੇਤੂਏ ਕੀ ਡਿਜੀਟਲ ਇੰਡੀਆ ਪੁਰਸਕਾਰ 2022 ਪੇਟ ਕਰਨਗਣ इलेक्ट्रॉनिक्स ते सूचना टेक्नोलॉजी मंत्रालय ने आखिए जे सरकार है भारत के डिजिटल स्वरूप कने एक सशक्त समाज ते ज्ञान ऊपर आधारित अर्थव्यवस्था च तब्दील करने दी डिजिटल इंडिया कार्यक्रम दी रूपरेखा तैयार कीती है डिजिटल इंडिया पुरस्कार दा मकसद नचड़ा सरकारी संस्थाएं के प्रेरित ते प्रोत्साहित करना सगुआ डिजिटल इंडिया ते नजरिए की साकार करने च स्टार्टअप्स ते जमीनी स्तर दी डिजिटल पहल कदमियां की बढ़ावा देना भी है ਡਿਜੀਟਲ ਇੰਡੀਆ ਅਵਾਰਡ ਭਾਰਤੀ ਰਾਸ਼ਟਰੀ ਪੋਰਟਲ ਦੇ ਬੈਨਰਟ ਸ਼ੁਰੂ ਕੀਤੇ ਗਏ ਜਿਹੜਾ ਸਭਨੇ ਸਤਰਿਆਂ ਉਪਰ ਸਰਕਾਰੀ ਈਦਾਰੇੰ ਪਾਸਿਯਾ ਦਿੱਤੀ ਗਈ ਜਾਣਕਾਰੀਆਂ ਤੇ ਸੇਵਾਏੰਗੀ ਇਕੱਥਾਰ ਦਸਤਾਵੇਜ਼ੀ ਦੀ ਸਹੂਲਤ ਉਪਲਬਧ ਕਰਵਾਉਂਦਾ ਹੈ ਸੂਚਨਾ ਵਿਭਾਗ ਦੇ ਡਾਇਰੈਕਟਰ ਅਕਸ਼ੇ ਲਾਬਰੂ ਹੋਰੇ ਆਲ ਚਖਡੇਰੀਗੇ ਦੀ ਜੰਮੂ ਕਸ਼ਮੀਰ ਮੀਡੀਆ ਐਕ੍ਰੀਡੇਸ਼ਨ ਕਮੇਟੀ ਦੀ ਪਹਿਲੀ ਪਹਿਲੀ ਬੈਠਕ ਲਈ ਹੈ ਮੀਡੀਆ ਕਰਮੀਆਂ ਕੀ ਮਾਨਤਾ ਦੇਣੇ ਸਰਬੰਧੀ ਤੌਰ ਤਰੀਕਿਆਂ ਉਪਰ ਚਰਚਾ ਕੀਤੀ ਤੇ ਉਹਨੇ ਕੀ ਮੁਕਦ ਦਾ ਰੂਪ ਦਿੱਤਾ ਸਰਬੰਧਤ ਡਿਪਟੀ ਡਾਇਰੈਕਟਰ ਹੋਰੀ ਮੀਟਿੰਗ ਦੌਰਾਨ ਇਸ ਕਮੇਟੀ ਬਾਰੇ ਬਿਉਰੇਵਾਰ ਪੇਸ਼ਕਾਰੀ ਕੀਤੀ ਜਿਦੇਚ ਇਸ ਕਮੇਟੀ ਕੇ ਚਲਾਣੇ ਵਾਲੇ ਦਿਸ਼ਾ ਨਿਰਦੇਸ਼ ਸਨ ਬਕਬਕ ਸ਼੍ਰੇਣੀ ਦੇ ਪੱਤਰਕਾਰਾਂ ਦੀ ਯੋਗਤਾ ਸਰਬੰਧੀ ਮਾਪਦੰਡਾਂ ਦੀ ਜਾਣਕਾਰੀ ਵੀ ਸ਼ਾਮਲ ਕੀਤੀ ਮੀਟਿੰਗ ਦੌਰਾਨ ਬਕਬਕ ਸ਼੍ਰੇਣੀ ਦੀਆਂ ਅਖਬਾਰਾਂ ਮੀਡੀਆ ادارے ਤੇ ਇਲੈਕਟ੍ਰੋਨਿਕ ਤੇ ਡਿਜੀਟਲ ਮੀਡੀਆ ਲਈ ਤੈਅ ਕੋਟੇ ਦੇ ਬਾਰੇ ਚ ਵੀ ਜਾਣਕਾਰੀ ਦਿੱਤੀ ਗਈ ਇਸ ਮੌਕੇ ਸਭ ਨੇ ਦੀ ਸਹਿਮਤੀ ਕਰਨੇ ਇਹ ਫੈਸਲਾ ਲਿਆਤਾ ਗਿਆ ਜੇ ਮੀਡੀਆ ਕਰਮੀਆਂ ਦੀ ਮੰਨਤਾ ਦੇਣੇ ਸਰਬੰਦੀ ਅਵੇਦਨ ਦਾ ਪ੍ਰਸਾਰ ਆਉਣ ਵਾਲੇ ਹਫਤੇ ਦਰਾਂ ਪ੍ਰਿੰਟ ਮੀਡੀਆ ਤੇ ਸੂਚਨਾ ਮਹਿਕਮੇ ਦੇ ਸੋਸ਼ਲ ਮੀਡੀਆ ਮੰਚੇ ਦੇ ਰਾਹੀਂ ਕੀਤਾ ਜਾਗ। ਯੋਗ ਮੀਡੀਆ ਕਰਮੀਆਂ ਥਮਾ ਅਵੇਦਨਾ ਸਲ ਕਰਨੇ ਲਈ ਤਰੀਹੇ ਦਿਨੇ ਦਾ ਸਮੇਂ ਮੁਕਰਰ ਕੀਤਾ ਜਾਗ। ਅਵੇਦਨਾ ਸਲੋ ਨੇ ਪ੍ਰਿੰਤ ਸੂਚਨਾ ਵਿਭਾਗ ਪਾਸਿਆ ਕਟੋਕਟ ਮਮਕਨ ਸਮੇਂ ਦੇ ਅੰਦਰ ਅੰਦਰ ਇਸ ਪ੍ਰਕਿਰਿਆ ਕੀ ਪੂਰਾ ਕੀਤਾ ਜਾਗ। ਕਮੇਟੀ ਦੇ ਸਦਸਿਆਂ ਕੀ ਸੰਬੋਧਿਤ ਕਰਦੀ ਹੋਈ ਡਾਇਰੈਕਟਰ ਅਕਸ਼ੇ ਲਾਬਰੂਰੇ ਨੇ ਇਸ ਗੱਲ ਗੀ ਪੀ ਪੱਕਾ ਕੀਤਾ ਜੇ ਮੀਡੀਆ ਕਰਮੀਆਂ ਕੀ ਮਾਨਤਾ ਦੇਣੇ ਸਰਬੰਦੀ ਪ੍ਰਕਿਰਿਆ ਕੀ ਤੌਲੰਗਿਆ ਪੂਰਾ ਕਰੇ ਲੱਤਾ ਜਾਗ ਉਹਨੇ ਇਹ ਬਿਆਕਿਆ ਜੇ ਇਹ ਦੇ ਕੰਨ ਜੰਮ ਕਸ਼ਮੀਰ ਚ ਮੀਡੀਆ ਤੇ ਪ੍ਰੈਸ ਦੇ ਕੰਮ ਕਾਜ ਕੀ ਬਵਸਥਿਤ ਬਣਾਣੇ ਚ ਬੜੀ ਮਦਦ ਆਸ ਲੋਗ ਜੰਮੂ ਦੀਆਂ ਡਿਪਟੀ ਕਮਿਸ਼ਨਰ ਅਵਨੀ ਲਵਾਸਾ ਹੋਰ ਇਲਾਕਾਈ ਟਰਾਂਸਪੋਰਟ ਪ੍ਰਾਧਾਨ ਕਰਨ ਜੰਮੂ ਦੀ ਕਾਲਿਕ ਬੈਠਕ ਲਾਈ ਹੈ ਜ਼ਿਲ੍ਹੇ ਚ ਜਨਤਿਕ ਟਰਾਂਸਪੋਰਟ ਕਰਨੇ ਸਰਬੰਧਤ ਬਕਬਕ ਮਾਮਲਿਆਂ ਉਪਰ ਚਰਚਾ ਕੀਤੀ ਜਿੰਦੇ ਚ ਬਕਬਕ ਸ਼੍ਰੇਣੀ ਦੀਆਂ ਗੱਟੀਆਂ ਲਈ ਪਰਮਿਟ ਜਾਰੀ ਕਰਨੇ ਦਾ ਮਾਮਲਾ ਵੀ ਸ਼ਾਮਲ ਹੈ ਇਸ ਮੌਕੇ ਕਿਸ਼ ਅਵੇਦਨਾਂ ਕੀ ਵਾਪਸ ਸਰਬੰਧਤ ਕਮੇਟੀਆਂ ਕਸ਼ਪੇ ਜਿਆ ਗਿਆ ਤਾਂ ਜੋ ਉਹਨਦੇ ਪ੍ਰਪਰਤੀਏ ਵਿਚਾਰ ਕੀਤਾ ਜਾ ਸਕੇ ਡਿਪਟੀ ਕਮਿਸ਼ਨਰ ਹੋ ਰਹੇ ਸਰਬੰਧਤ ਅਧਿਕਾਰੀਆਂ ਪਰ ਜ਼ੋਰ ਪਾਇਆ ਜੀ ਉਸ ਜ਼ਿਲ੍ਹੇ ਚ ਚਲਾਈ ਜਾਕਰ ਦੀ ਪੰਜੀਕ੍ਰਿਤ ਗੱਡੀਆਂ ਦੇ ਦਸਤਾਵੇਜ਼ਾਂ ਦੀ ਪਰਤੀਏ ਜਾਂਚ ਕਰਨ। ਉਹਨੇ ਜੰਮੂ ਚ ਤੇ ਖਾਸ ਕਰਕੇ ਸਿੱਖਿਆ ادارے ਤੇ ਸਰਕਾਰੀ ਦਫ਼ਤਰਾਂ ਕਾ ਗੱਡੀਆਂ ਦੇ ਅਸਰਦਾਰ ਪ੍ਰਬੰਧਨ ਲਈ ਵੀ ਆਖਿਆ ਤਾਂ ਜੇ ਆਮ ਲੋਕਾਂ ਕੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇ। ਇਹ ਖਬਰ ਤੁਸ ਆਕਾਸ਼ਵਾਣੀ ਜੰਮੂ ਤੋਂ ਸੁਣਾ ਰਤੀਓ। ਓਨ ਬਾਕੀ ਦੀਆਂ ਖਬਰਾਂ ਕਰਨਾ ਸ਼ਿਵੀ ਸੂਰੀ। ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ 'ਚ ਸਥਾਪਿਤ ਪੀਪਲਜ਼ ਐਂਟੀਫੈਸਿਸ ਫਰੰਟ ਦੇ ਸਭ ਨੇ ਚਾਲੀ ਦੇ ਸੂਰਪੇ ਤੇ ਅਗਵਾ ਸੰਗਠਨਾਂ ਦੀ ਗੈਰ ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਸਰਬੰਦੀ ਕਾਨੂੰਨ ਐ ਤਹਿਤ ਆਤੰਕਵਾਦੀ ਸੰਗਠਨ ਘੋਸ਼ਿਤ ਕੀਤਾ ਹੈ ਪੀਏਐਫਐਫ 2019 ਚ ਵਜੂਦ ਚ ਆਇਆ ਹਾ ਤੇ ਜੈਸ਼ਮ ਮੁਹੰਮਦ ਆਤੰਕਵਾਦੀ ਗੁੱਟ ਲਈ ਅ ਪ੍ਰਤੀਕਸ਼ ਤੋੜਾ ਪਰ ਕੰਮ ਕਰਾਰਦਾ ਹਾ ਇੱਕ ਅਦੀ ਸੂਚਨਾ ਚ ਗ੍ਰਹਿ ਮੰਤਰਾਲੇ ਨੇ ਆਖਿਆ ਜੇ ਪੀ ਐਫਐਫ ਸੁਰੱਖਿਆ ਬਲ ਨੇ ਰਾਜਨੀਤਿਕ ਲੀਡਰਾਂ ਤੇ ਜੰਮੂ ਕਸ਼ਮੀਰ ਚ ਕੰਮ ਕਰਾਰ ਦੇ ਬਾਹਰਲੇ ਕਾਮਗਾਰਾਂ 'ਤੇ ਲਗਾਤਾਰ ਧਮਕੀਆਂ ਦੀ ਆਰਦਾਹਾ ਮੰਤਰਾਲੇ ਨੇ ਆਖਿਆ ਜੇ ਪੀ ਐਫਐਫ ਨੇ ਜੰਮੂ ਕਸ਼ਮੀਰ ਚ ਭਾਰਤ ਦੇ ਓਹ ਨਿਰਾਜੀਆਂ ਚ ਇਨਸਾਤ ਤੇ ਆਤੰਕੀ ਗਤੀਵਿਧੀਆਂ ਲਈ ਸੋਸ਼ਲ ਮੀਡੀਆ ਪਰ ਅਭਿਆਨ ਚਲਾਇਦਾ ਹ ਇਹਦੇ ਸ਼ਾਂ ਪਹਿਲੇ ਕੇਂਦਰ ਨੇ ਦ ਰੈਜ਼ਿਸਟੈਂਸ ਫਰੰਟ ਪਰ ਵੀ ਬੰਦਸ਼ ਲਾਈ ਦਿੱਤੀ ਹੈ ਵਿਗਿਆਨ ਤੇ ਟੈਕਨੋਲੋਜੀ ਸਨੇ ਐਟਮੀ ਊਰਜਾ ਤੇ ਅੰਤਰਿਕਸ਼ ਸਰਵੰਦੀ ਮਹਿਕਮੇ ਦੇ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਹੋਰੇ ਆਖਿਆ ਜੇ ਸਾਇੰਸ ਟੈਕਨੋਲੋਜੀ ਤੇ ਨਵੀਂੇ ਕਾਢੇ ਦੇ ਖੇਤਰ ਚ ਨਿਤ ਨਵੀਆਂ ਉਪਲਬਧੀਆਂ ਅਸਲ ਕਰਾਰਦਾ ਹੈ ਉਹਨੇ ਘਲਾਇਆ ਜੇ ਸੀ ਐਸ ਆਈ ਆਰ ਦੀ ਸੰਤੀ ਲੈਬਰਾਟਰੀਂ ਕੀ ਖੋਦ ਤੇ ਨਵੀਂੇ ਕਾਢੇ ਦੇ ਪ੍ਰਮੁਖ ਕੇਂਦਰ ਚ ਤਬਦੀਲ ਕੀਤਾ ਜਾਗ ਡਾਕਟਰ ਸਿੰਘ ਹੋਰ ਕੱਲ ਨਮੀ ਦਿੱਲੀ ਚ ਟੈਕਨੋਲੋਜੀ ਨਵੀਂੇ ਕਾਢੇ ਤੇ ਸਟਾਰਟਅਪ ਦੇ ਖੇਤਰ ਚ ਭਾਰਤ ਦੀ ਵਿਸ਼ਵਿਕ ਉਤਕ੍ਰਿਸ਼ਤਾ ਕੀ ਦਰਸਾਣ ਵਾਲੇ 1 ਵੀਕ 1 ਲੈਬ अभियान की शुरू कराने कर मौके बोला हने आख्या ए अभियान ते औद्योगिक शोध सबंधी परिषद यानी सीएसआईआर दिए पर भर मौजूद 37 ਲੈਬੋਰਟਰੀਆਂ ਕੀ ਇਹ ਮੌਕਾ ਉਪਲਬਧ ਕਰਵਾਗ ਜੇ ਉਹ ਆਪਣੇ ਆਸਿਆ ਕੀਤੇ ਗਏ ਤੇ ਕੰਮੇ ਕੀ ਪ੍ਰਦਰਸ਼ਿਤ ਕਰਨ ਤਾਂ ਜੇ ਹੋਰ ਨੇ ਕੀ ਵੀ ਇੰਦੇ ਥਮਾ ਸਬਕ ਆਸਲ ਹੋਈ ਸਕੈ ਮੱਧ ਪ੍ਰਦੇਸ਼ ਸਰਕਾਰ ਕੰਨੇ ਪਿਆਲ ਚ ਕੱਲ ਥਮਾ 10 ਜਨਵਰੀ ਤੋਂ ਇੰਦੌਰ ਚ 17ਵਾਂ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਸੰਮੇਲਨ ਦਾ ਵਿਸ਼ੇ ਸਾਰ ਹੈ ਪ੍ਰਵਾਸ ਅੰਮ੍ਰਿਤ ਕਾਲ ਚ ਭਾਰਤ ਦੀ ਪ੍ਰਗਤੀ ਲਈ ਵਿਸ਼ਵਾਸ ਜੋਗ ਪਿਆਲ प्रधानमंत्री नरेन्द्र मोदी और औपचारिक तौर पर इस सम्मेलन का नौ जनवरी की उदघाटन कर उपराष्ट्रपति द्रौपदी मुर्मू और सम्मानित समापनी सत्र की अध्यक्षता ते प्रवासी भारतीय सम्मान भी ਪ੍ਰਦਾਨ ਕਰਗਨ ਆਕਾਸ਼ਵਾਨੀ ਕਰਨੇ ਵਿਸ਼ੇਸ਼ ਸਾਖਸ਼ਾਤ ਕਾਰਜ Madhya Pradesh ਦੇ ਪ੍ਰਮੁੱਖ ਮੁੱਖ ਮੰਤਰੀ Shivraj Singh Chauhan ore ਪ੍ਰਧਾਨ ਮੰਤਰੀ Narendra Modi ਹੁੰਦਾ ਧੰਨਵਾਦ ਕੀਤਾ ਤੇ ਆਖਿਆ ਜੇ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਕੀ ਇਸ ਚਾਲੀ ਮਨਾਇਆ ਜਾਗ ਜੇ ਲੋਕਾਂ ਕੀ ਚੇਤਾ ਰੋਗ ਤੇ ਪ੍ਰਵਾਸੀ ਭਾਰਤੀ ਖੂਬਸੂਰਤ ਯਾਦਾਂ ਦੀ ਕਰਨ ਲਈ ਜਾਗਣ ਸੰਮੇਲਨ ਲਈ ਕੋਈ 70 ਬਖ ਬਖ ਮੁਲਖੇ ਧਮਾ ਕੋਈ 3500 ਪ੍ਰਵਾਸੀ ਪੰਜੀਕਰਨ ਕਰਾਇਦਾ ਹੈ ਇਹ ਕਾਰਜਕ੍ਰਮ 4 ਬਰੇ ਦੇ ਵਕਫੇ ਦੇ ਬਾਅਦ ਅੰਮਨੋ ਸਾਹਮਣੇ ਆਜਿਤ ਕਰਾਇਆ ਜਾ ਰਿਹਾ ਹੈ ਇਸ ਕਰੀਬੀ ਇਸ ਸਮਾਰੋਹ ਖਾਸ ਹੋ ਜਾਂਦਾ ਹੈ ਉਦੰਪੁਰ ਦੇ ਉਪਾਇukt ਕ੍ਰਿਤਿਕਾ ਜੋਤਸਨਾਵਰੇ ਬਾਖ-ਬਖ ਵਿਭਾਗ ਦੇ ਅਫਸਰਾਂ ਕਰਨੇ ਡੀਸੀ ਦਫਤਰ ਪਰਿਸਰ ਚ ਇੱਕ ਮੀਟਿੰਗ ਕੀਤੀ ਤੇ ਸਵਰੋਜ਼ਗਾਰ ਯੋਜਨਾਏ ਦੀ ਅਮਲਾਵੀ ਦਾ ਜਾਇਜ਼ਾ ਲੈਂਤਾ ਡੀਸੀ ਉਰੇ ਵਿਭਾਗਾਂ ਆਸਿਆ ਮਮਕਿਨ ਤੇਜਸਵਿਨੀ ਪੀਐਮਈਜੀਪੀ ਤੇ 19 ਸਵਰੋਜ਼ਗਾਰ ਯੋਜਨਾਏ ਤਹਿਤ ਮਨਜ਼ੂਰ ਕੀਤੀ ਦੀ ਵਿਆਪਕ ਯੋਜਨਾਵਾਰ ਮਾਮਲੇ ਦਾ ਜਾਇਜ਼ਾ ਲੈਂਤਾ ਮੁਤਲਕਾ ਵਿਭਾਗਾਂ ਦੇ ਅਫਸਰਾਂ ਡੀਸੀ ਰਹੇਗੀ ਆਪਣੇ ਆਪਣੇ ਵਿਭਾਗਾਂ ਆਸਿਆ ਬਖ-ਬਖ ਸਵਰੋਜ਼ਗਾਰ ਯੋਜਨਾਏ ਤਹਿਤ ਲਾਬਾਰਥੀ ਤੋੜੀ ਪੁੱਜ ਦੇ ਬਾਰੇ ਦੱਸਿਆ ਦਸਾਇਆ ਡੀਸੀ ਉਰੇ ਅਫਸਰਾਂ ਗੀ ਬਦੋ ਬਦ ਬੇਰੋਜ਼ਗਾਰ ਨੌਜਵਾਨੇ ਥੋੜੀ ਪੁੱਜਨੇ ਤੇ ਉਨੇਗੀ ਜ਼ਿਲ੍ਹਾ ਚ ਬਖ ਬਖ ਰੋਜ਼ਗਾਰ ਯੋਜਨਾਇ ਸ਼ਾ ਲਾਠਵਾਨੇ ਤੇ ਉਨੇਗੀ ਜਾਗਰੂਕ ਬਣਾਨੇ ਤਾਏ ਆਪੂ ਚ ਨੇੜ ਮਤਾਲ ਮਿਲ ਬਣਾਇ ਕੰਮ ਕਰਨ ਦੇ ਬਾਰੇ ਆਖਿਆ ਕਠਵਾ ਦੇ ਉਪਾਇਕਤ ਰਾਹੁਲ ਪਾਂਡੇ ਉਰੇ ਮੁਲਕਾਫਸਰ ਨੇ ਕਰਨੇ ਇੱਕ ਬੈਠਕ ਦੀ ਅਧਿਖਸ਼ਤਾ ਕੀਤੀ ਤੇ ਜ਼ਿਲ੍ਹੇ ਚ ਸੁਰੋਜ਼ਗਾਰ ਯੋਜਨਾਇ ਤਹਿਤ ਅਮਲਾਵਰੀ ਦੀ ਪ੍ਰਗਤੀ ਦਾ ਜਾਇਜ਼ਾ ਲੇਤਾ ਬੈਠਕ ਦੌਰਾਨ ਅਫਸਰਾਂ ਨੇ ਆਪਣੇ ਆਪਣੇ ਵਿਭਾਗ ਦੇ ਪਾਸਿਆਂ ਡੀਸੀ ਉਰੇ ਕੀ ਜਾਣਕਾਰੀ ਦਿੱਤੀ ਜੇ ਇਹਨਾਂ ਯੋਜਨਾਇ ਤਹਿਤ ਕਿੰਨੇ ਲਾਭਾਰਥੀ ਹੋਣਗੇ ਆਨੇ ਆਗੇ ਦਾ ਡੀਸੀ ਉਰੇ ਜ਼ਿਲ੍ਹੇ ਚ ਸੁਰੋਜ਼ਗਾਰ ਯੋਜਨਾ ਦੇ ਬਾਰੇ ਪ੍ਰਤੱਖ ਪ੍ਰਗਤੀ ਦਾ ਵਿਭਾਗਿਆਸੇ ਕੀਤੇ ਦੇ ਕੰਮੇ ਦਾ ਜਾਇਜ਼ਾ ਲੇਤਾ ਇਹਨੇ ਵਿਭਾਗ ਚ ਰੋਜ਼ਗਾਰ, ਈ ਬਾਈ, ਮੱਛੀ, ਬਾਗਬਾਨੀ, ਅਤਖੜੀ, ਅਤਕਰਗਾ ਤੇ ਉਰਨੇ ਵਿਭਾਗ ਸ਼ਾਮਲ ਨ ਉਪਾਇਕਤ ਅਫਸਰਾਂਗੀ ਰੋਜ਼ਗਾਰ ਦੀ ਤਲਾਸ਼ ਕਰਾਰ ਦੇ ਲੋਕਾਂ ਦੇ ਕੌਸ਼ਲ ਕੀ ਨਖਾਰਨੇ ਉੱਪਰ ਬਲ ਦਿੱਤਾ ਉਹਨੇ ਬੇਰੋਜ਼ਗਾਰ ਨੌਜਵਾਨੇ ਦੀ ਰੋਜ਼ਗਾਰ ਯੋਜਨਾ ਲਾਟ ਹੋਣੇ ਦੇ ਬਾਰੇ ਆਵਾਨ ਕੀਤਾ ਉਹਨੇ ਬੈਂਕਿੰਗ ਕੀ ਵੀ ਸਵਰੋਜ਼ਗਾਰ ਸਰਬੰਦੀ ਮਾਮਲੇ ਕੀ ਪਹਿਲ ਦੇਣੇ ਦਾ ਨਿਰਦੇਸ਼ ਦਿੱਤਾ ਕਟਵਾ ਦੇ ਉਪਾਇਕਤ ਰਾਹੁਲ ਪਾਂਡੇਵਰੇ ਅੱਜ ਕਟਵਾ ਦੇ ਬੱਸ ਅੱਡੇ 'ਚ ਇੱਕ ਸਮਾਰੋਹ ਦੌਰਾਨ ਬਖ ਬਖ ਰੂਟੇ ਲਈ ਜੇਕੇ ਆਰਟੀਸੀ ਦੀ ਬੱਸ ਸੇਵਾ ਦੀ ਛੰਡੀ ਤਸੀਰ ਰਵਾਨਾ ਕੀਤਾ ਇਸ ਮੌਕੇ ਬੋਲਦੇ ਹੋਏ ਡੀਸੀ ਹੋਰੇ ਆਖਿਆ ਜੇ ਜੇਕੇ ਆਰਟੀਸੀ ਬੱਸ ਸੇਵਾ ਡਾਂਗਰ ਤੇ ਬਦਨੋਤਾ ਜਨਈ ਦੂਰ ਦਰੇਡੇ ਦੇ ਇਲਾਕੇ 'ਚ ਜਨਤਾ 'ਕੀ ਯਾਤਰਾਯਾਤ ਸੁਵਿਧਾ ਦੇਨੇ ਤਾਈ ਸ਼ੁਰੂ ਕੀਤੀ ਗਈ ਹੈ ਅਖੀਰ 'ਚ ਖਾਸ ਖਬਰਾਂ ਇੱਕ ਬਾਰੀ ਪਰਤੀ ਹੈ लेफ्टिनेंट गवर्नर मनोज सिन्हा और यहां के जी अमृत काल आला समय कैसा मौका है जिसले देसीदी सांस्कृतिक ते सामाजिक एकता की तगड़ा बनाई है भारत की के शक्तिशाली ते आत्म निर्भर राष्ट्र दा स्वरूप ਦਿੱਤਾ जाई सकदा है राष्ट्रपति द्रौपदी मुर्मू और आज नवी दिल्ली च जीतूए गी डिजिटल इंडिया पुरस्कार 2022 पेंट करंगन केंद्र ने गैर कानूनी गतिविधियां दी रोकथाम संबंधी कानून तहत जम्मू कश्मीर आधारित पीएएफएफ ते दे सबने चाली दे रूपे ते अगुवा संगठनें गी आतंकवादी संगठन घोषित कर ਦਿੱਤਾ है ਇਦੇ ਕੰਨੇ ਗੇ ਖਬਰਿੰਦਾ ਇਹ ਬੁਲੇਟਿਨ ਸਮਾਪਤ ਹੋਇਆ